আজ টিভি ফির তু প্রোগ্রাম দিন ফির তু গেড়ি লান ফোকল পয়েন্ট কু যা আতে উস দি মুলাকাত উগে সমাজ সেবী যে হনে হনে হি ইএস ম্যানেজমেন্ট দি চোনা ভি ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਤਜਿੰਦਰ ਸ਼ਰਮਾ ਉਹਨਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਹਾਂਜੀ ਤਜਿੰਦਰ ਸ਼ਰਮਾ ਜੀ, ਤੁਸੀਂ ਕਿਹੜੇ ਪੈਨਲ 'ਚੋਂ ਇਲੈਕਸ਼ਨ ਲੜੇ ਸੀ ਜੀ? ਮੈਂ ਯੂਨਾਈਟਿਡ ਪੈਨਲ ਫੋਰ ਐਜੂਕੇਸ਼ਨ ਦੇ ਪੈਨਲ ਦੇ ਵਿੱਚੋਂ ਇਲੈਕਸ਼ਨ ਲੜਿਆ ਸੀ। ਕਿਹੜੀ ਪੁਜੀਸ਼ਨ ਤੁਹਾਡੀ ਆਈ ਹੈ ਜੀ? ਮੇਰੀ ਪੰਜਵੀਂ ਪੁਜੀਸ਼ਨ ਆਈ ਹੈ। ਪੰਜਵੀਂ ਪੁਜੀਸ਼ਨ ਆਈ ਹੈ, ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ। ਥੈਂਕ ਯੂ ਜੀ ਸੋ ਨਾਈਸ ਆਫ ਯੂ। ਅਤੇ ਅਸੀਂ ਤੁਹਾਨੂੰ ਵਧਾਈ ਵੀ ਦਿੰਦੇ ਹਾਂ। ਥੈਂਕਸ। ਠੀਕ ਹੈ, ਹੁਣ ਤੁਸੀਂ ਐਜੂਕੇਸ਼ਨ ਲਈ ਕੀ ਕਰੋਗੇ? ਜੋ ਪੈਨਲ ਦੇ ਮੁੱਦੇ ਹਨ ਪੂਰੀ ਤਰ੍ਹਾਂ ਉਠਾਓਗੇ? ਸਭ ਤੋਂ ਪਹਿਲਾਂ ਮੈਂ ਸਾਰੇ ਜਿੰਨੇ ਵੋਟਰਸ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇੰਨੀ ਬਹੁਮਤ ਦੇ ਨਾਲ ਜਿਤਾ ਕੇ ਇਹਨਾਂ ਸਕੂਲ ਦੀ ਮੈਨੇਜਮੈਂਟ ਦੇ ਵਿੱਚ ਭੇਜਿਆ। ਜਿੱਥੇ ਤੱਕ ਤੁਸੀਂ ਡਿਵੈਲਪਮੈਂਟ ਦੀ ਗੱਲ ਕੀਤੀ ਹੈ, ਸਕੂਲ ਕਾਲਜ ਵੀ ਤੁਸੀਂ ਮੁੱਦਿਆਂ ਦੀ ਗੱਲ ਕੀਤੀ ਹੈ, ਮੈਂ ਹਮੇਸ਼ਾ ਡਿਵੈਲਪਮੈਂਟ ਦੀ ਗੱਲ ਕਰਦਾ ਅਤੇ ਡਿਵੈਲਪਮੈਂਟ ਦੀ ਗੱਲ ਕਰਦਾ ਰਹਾਂਗਾ, ਸੱਚ ਦੀ ਲੜਾਈ ਲੜਦਾ ਰਹਾਂਗਾ। ਅਤੇ ਇਹਨਾਂ ਜਿਹੜੀਆਂ ਇੰਸਟੀਟਿਊਸ਼ਨ ਨੇ ਇਹਨਾਂ ਨੂੰ ਅਪਲਿਫਟ ਕਰਨ ਵਾਸਤੇ ਆਪਣੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗਾ। ਠੀਕ ਹੈ ਜੀ, ਤੁਸੀਂ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਵੀ ਪ੍ਰਧਾਨ ਹੋ? ਮੈਂ ਫੋਕਲ ਪੁਆਇੰਟ ਐਸੋਸੀਏਸ਼ਨ ਦਾ 13 ਸਾਲ ਤੋਂ ਪ੍ਰਧਾਨ ਹਾਂ। ਠੀਕ ਹੈ। ਅਤੇ ਇੱਥੇ ਵੀ ਮੈਂ ਲੋਕਾਂ ਦੀ ਸੇਵਾ ਅਤੇ ਫੋਕਲ ਪੁਆਇੰਟ ਦੀ ਡਿਵੈਲਪਮੈਂਟ ਵਾਸਤੇ ਹੀ ਹਮੇਸ਼ਾ ਕੰਮ ਕਰਦਾ ਅਤੇ ਲੋਕਾਂ ਦਾ ਮੈਨੂੰ ਸਹਿਯੋਗ ਬਹੁਤ ਮਿਲ ਰਿਹਾ ਇੱਥੇ ਜੀ। ਅਤੇ ਇਸ ਤਰ੍ਹਾਂ ਇੱਥੇ ਸਹਿਯੋਗ ਮਿਲਿਆ, ਸ਼ਹਿਰ ਵਾਸੀਆਂ ਨੇ ਮੈਨੂੰ, ਜਿਹੜੇ ਵੋਟਰਸ ਨੇ ਸਾਡੇ, ਉਹਨਾਂ ਨੇ ਵੱਧ ਤੋਂ ਵੱਧ ਵੋਟਾਂ ਪਾ ਕੇ ਮੈਨੂੰ ਇਸ ਮੈਨੇਜਮੈਂਟ ਵਿੱਚ ਭੇਜਿਆ। ਇਹ ਆਸ ਤੱਕ ਕੇ ਕਿ ਜਿਵੇਂ ਫੋਕਲ ਪੁਆਇੰਟ ਦਾ ਡਿਵੈਲਪਮੈਂਟ ਕੀਤੀ ਹੈ, ਇਹਨਾਂ ਸੰਸਥਾ ਨੂੰ ਡਿਵੈਲਪਮੈਂਟ ਕੀਤੀ ਜਾਵੇ ਅਤੇ ਮੈਂ ਇਹਨਾਂ ਦੀਆਂ ਇਹਨਾਂ ਗੱਲਾਂ ਦੇ ਉੱਤੇ ਖਰਾ ਉਤਰਾਂਗਾ। ਠੀਕ ਹੈ ਜੀ, ਬਹੁਤ ਬਹੁਤ ਤੁਹਾਡਾ।